ਮੈਂ ਖੜ ਜਾ ਨਾ ਸ਼ੀਲਾ ਕੋਲੇ ਤਾਂ ਉਰੇ ਨਾ ਨਾ ਤੇ ਲੱਗ ਚੀਕਾ ਮੈਂ ਸ਼ੀਲਾ ਕੋਲੇ ਆਪਾਂ ਚੱਲਦੇ ਕਹਿੰਦੇ ਭਜਾ ਨਹੀਂ ਮਿਲੇ ਕਿਹੜੇ ਬਾਣੀਆਂ ਦੇ ਚੱਕਰਾਂ 'ਚ ਪਈ ਹੋਈ ਆ ਤੂੰ? ਅੱਛਾ ਹਾਂ, ਜੇ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਮੈਨੂੰ ਦੱਸ ਦਿਆ ਕਰ। ਇਹ ਨਾ ਬਾਣੀਆਂ ਛਿੱਤਰਾਂ ਬਣਾ ਨਹੀਂ ਬਾਜ ਆਉਂਦਾ, ਇਹਦਾ ਤਾਂ ਮੈਂ ਪੁੱਛਦੀ ਹਾਂ ਗੋਤ। ਆਏ ਹਾਏ ਰੱਬਾ, ਖੜ ਜਾ ਕੇ ਨਾ, ਇਹਦੀ ਤਾਂ ਮੈਂ ਬਣਾਉਂਦੀ ਹਾਂ ਰੁੜ ਜਾਣੇ ਦੀ ਰੇਲ। ਆਏ ਨੀ ਸ਼ਰਮ ਆਉਂਦੀ ਹੈ ਵੀ ਮੈਂ ਜਾ ਕੇ ਕੋਈ ਡੱਕਾ ਤੜਾ ਦਿਆਂ? ਰੁੜਨਾ ਖੇਤ ਜਾ ਕੇ ਆਏ ਆ ਵੀ ਪਾਣੀ ਲਾ ਕੇ ਆਏ ਆ? ਮਰਨਿਆ ਤੂੰ ਉੱਥੇ ਹੋਰ ਕੀ ਕਰਕੇ ਆਏ ਆ? ਆਏ ਪੈ ਜਾਂਦਾ ਮੰਜੀ ਡਾਹ ਕੇ ਜਿਵੇਂ ਇਹਦੇ ਨਿਆਣਾ ਹੋਣ ਵਾਲਾ ਹੋਵੇ। ਪੁੱਛਾਂ ਇਹਦਾ ਗੋਤ ਜਾ ਕੇ। ਕੀ ਹੋ ਗਿਆ ਬੇ? ਹੌਲੀ ਬੋਲ ਲੈ ਹੌਲੀ। ਕੀ ਕਹਿੰਦੀ ਹੈ? ਮੈਂ ਤਾਂ ਐਂ ਕਹਿਣੀ ਹੈ ਪਿਆ ਕਾ ਤੋ ਸੀ? ਉਹ ਖੇਤੋਂ ਆਇਆ ਕਿਹੜਾ ਮਾਰ ਕੇ? ਪਾਣੀ ਲਾ ਕੇ ਆਏ ਆ ਨਾ, ਤੇਰੇ ਕਿਹੜਾ ਨਿਆਣਾ ਹੋਣ ਵਾਲਾ ਜਿਹੜਾ ਮੰਜਾ ਡਾ ਕੇ ਉਹਦੀ ਪੈ ਜਾਂਦਾ ਆ ਕੇ? ਉਹ ਦਮ ਲੈਂਦਾ ਦੀ ਖੇਤ ਕੀ ਨੇੜੇ ਆ, ਉਹ ਰੱਬ ਦੀਆਂ ਜੜਾਂ 'ਚ। ਖੇਤ ਹੀ ਗਿਆ ਸੀ, ਗੋਲੀ ਤਾਂ ਨਹੀਂ ਵੱਜੀ? ਮੇਰੀ ਗੱਲ ਸੁਣ ਲੈ, ਕੰਮ ਧੰਦਾ ਕਰਾ ਦਿਆ ਕਰ ਘਰੇ। ਆ ਦੇਖ ਲਾ ਆ ਬੱਲ ਵਿਚਾਰੀ ਮੱਚਦੀ ਜਾਂਦੀ ਆ। 50 ਵਾਰੀ ਕਹਿਤਾ ਵੀ ਰੇਹ ਪਾ ਦੇ ਰੇਹ ਪਾ ਦੇ, ਹੈ ਮਰਨਾ ਹੱਥ ਨਹੀਂ ਲਾਉਂਦਾ ਵੀ ਗੁੱਡ ਦੇ ਉਹਨੂੰ ਚੱਕ ਕੇ। ਤੂੰ ਪੱਟ ਦੇ ਜੇ ਵਿਚਾਲੇ ਲੱਗ ਗਈ। ਹਾਏ ਬੇ ਰੱਬਾ, ਕਿੱਥੋਂ ਇਹ ਕੰਜਰ ਖਾਨਾ ਮੇਰੇ ਗਲ ਪੈ ਗਿਆ। ਜਖਣੇ ਤੋਂ ਬੋਲਾ ਨਾ ਹੋਵੇ ਤਾਂ ਉੱਚੀ ਕਾਹਦਾ ਸੁਣ ਦੇਣ, ਤਾਂ ਮੇਰਾ ਸੰਘ ਪੜਵਾ ਰੱਖਿਆ, ਲੋਕ ਕਹਿੰਦੇ ਉੱਚੀ ਉੱਚੀ ਬੋਲਦੀ ਆ। ਮੈਂ ਐਂ ਕਹਿੰਦੀ ਸੀ ਪ੍ਰਭੂ ਕੋਲੇ ਵਗ ਜਾ, ਹੈ ਪ੍ਰਭੂ ਕੋਲੇ ਵਗ ਜਾ। ਮੈਂ ਕਦੋਂ ਵਗ ਜਾ ਪ੍ਰਭੂ ਕੋਲੇ? ਤੇਰਾ ਬਾਪ ਵਗ ਜੇ, ਤੇਰੀ ਮਾਂ ਵਗ ਜੇ, ਤੇਰਾ ਭਾਈ ਵਗ ਜੇ, ਮੇਰੀ ਕੀ ਉਮਰ ਹੈ ਪ੍ਰਭੂ ਕੋਲੇ ਜਾਣ ਦੀ? ਬੇ ਤੇਰੀ ਕਿਹੜੀ ਸੋਚ ਦੱਬੀ ਗਈ, ਮੈਂ ਤਾਂ ਐਂ ਕਹਿੰਦੀ ਆ ਬਾਣੀਏ ਪ੍ਰਭੂ ਕੋਲੇ ਵਗ ਜਾ। ਅੱਛਾ ਐਂ ਕਹਿ ਤੂੰ ਵੀ ਬਾਣੀਏ ਕੋਲੇ ਵਗ ਜਾ। ਦਾਲ ਲਿਆ ਦੇ। ਅੱਛਾ ਲੈ ਆਉ ਨਾ, ਐਂ ਕਹਿ ਦੇ ਫਿਰ। ਜੈ ਖਣੇ ਦਾ ਬੌਲਾ, ਇਹ ਬੋਲ ਹੈ ਕਿਹਨੂੰ ਉੱਚੀ ਸੁਣਦਾ? ਮੈਨੂੰ 7 ਸਾਲ ਹੋ ਗਏ ਵਿਆਹ ਕੇ ਆਈ ਨੂੰ, ਮੈਨੂੰ ਨਹੀਂ ਜੈ ਵੱਡੇ ਦਾ ਭੇਤ ਆਇਆ। ਜੈ ਖਣੇ ਦਾ ਕੰਜਰਾਂ ਦਾ ਟੱਬਰ, ਟਕਾ ਤਾਂ ਹੈ ਹੀ ਨਹੀਂ ਕਿਸੇ ਨੂੰ। ਇਹ ਸਾਰਾ ਦਿਨ ਲੰਮੀਆਂ ਤਾਣ ਕੇ ਪਿਆ ਰਹਿੰਦਾ, ਭਰਾ ਸਾਰਾ ਦਿਨ ਘਰੇ ਨਹੀਂ ਵੜਦਾ, ਦੱਸ ਕਿਹਦੀ ਜਾਣ ਨੂੰ ਰੋਵਾਂ। ਹਾਏ ਬੇ ਰੱਬਾ, ਐਂ ਵੀ ਨਹੀਂ ਹੈਗਾ ਰੁੜ ਜਾਣੇ ਨੂੰ ਵੀ ਸੌਦਾ ਪੱਤਾ ਇਕੱਠਾ ਲਿਆ ਕੇ ਮਰ ਜਾਂ, ਘਰੇ ਰੱਖ ਦਿਆਂ, ਹੈ ਮੈਨੂੰ ਕਹਿਣਾ ਨਾ ਪਵੇ, ਇਕੱਲੀ ਇਕੱਲੀ ਗੱਲ ਸਮਝਾਉਣੀ ਪੈਂਦੀ ਹੈ। ਹੁਣ ਕਾਹਤੋਂ ਮੈਂ ਉਹਦੀ ਮਗਜ ਖਪਾਈ ਕੀਤੀ ਆ, ਹੈ ਇਕੱਲੀ ਨੇ ਐਵੇਂ, ਮੈਨੂੰ ਲੱਗਦਾ ਮੈਂ ਉਹਦਾ ਗਲ ਦੀਆਂ ਨਾੜਾਂ ਬਿਠਾ ਲੂੰਗੀ। ਚੱਲ ਮਣਾ ਪਾਣੀ ਧਾਣੀ ਪੀ, 10 ਮਿੰਟ ਸਾਹ ਲੈ ਲਾ, ਉਦੋਂ ਨੂੰ ਦਾਲ ਲਿਆਊਗਾ। ਹਾਏ ਹਾਏ, ਹੇ ਮਾਤਾ ਰਾਣੀ, ਹੇ ਭਗਵਾਨ, ਹੇ ਪ੍ਰਭੂ, ਹੇ ਮਾਤਾ ਰਾਣੀ, ਹੇ ਭਗਵਾਨ, ਕਿਰਪਾ ਕਰਨਾ, ਸ਼ਬਦਾ ਪੈਦਾ ਕਰਨਾ, ਬਰਕਤ ਕਰਾਂ ਮਾਤਾ ਜੀ, ਬਰਕਤ ਕਰਨਾ ਮਾਤਾ ਜੀ, ਕਿਰਪਾ ਕਰਨਾ, ਭਲਾ ਕਰਨਾ, ਹੇ ਪ੍ਰਭੂ, ਹੇ ਰਾਮ, ਹੇ ਪ੍ਰਭੂ, ਹੇ ਰਾਮ, ਰਾਮ 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 ਰਾਮ, ਹੇ ਪ੍ਰਭੂ, ਹੇ ਰਾਮ, ਸ਼ਰਧਾ ਭਲਾ ਕਰਨਾ, ਬਰਕਤ ਵਾਧਾ ਕਰਨਾ, ਹੇ ਰਾਮ, ਹੇ ਪ੍ਰਭੂ, ਹੇ ਰਾਮ, ਰਾਮ 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 ਰਾਮ,
ਰਾਮ 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 ਲਾਲਾ ਜੀ ਬੜੀ ਤੂੰ ਆਧਾਰ ਜੇ ਕਰੀ ਬੈਠੇ ਹੋ ਰਾਮ ਰਾਮ ਤਾਂ ਠੀਕ ਆ ਓਏ ਇੱਥੇ ਤਾਂ ਡਰਦਾ ਹੋਏ ਜੇ ਤੈਨੂੰ ਪਤਾ ਬਾਣੀ ਵਾਲੀ ਚਿੜੀ ਦੇ ਵਿੱਚ ਵਗਿਆ ਦਿਲ ਹੁੰਦਾ ਹੈ ਨਾਲੇ ਥੋੜੀ ਮੋਟੀ ਅਕਲ ਲੈ ਲਿਆ ਕਰੋ ਤੁਹਾਨੂੰ ਬੋਲਣ ਬੋਲਣ ਲੈ ਕੇ ਲੈ ਕੇ ਜਾਣਾ ਲਾਲਾ ਤੂੰ ਇੱਧਰ ਕਰ ਮੇਰਾ ਕਰ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਦਾ ਜਵਾਬ ਤਾਂ ਸੁਣ ਲੈ ਤੂੰ ਇਹ ਤੂੰ ਆ ਨਹੀਂ ਹੈਗਾ ਇਹ ਅਗਰਬੱਤੀਆਂ ਮਾਤਾ ਜੀ ਮੈਂ ਤਾਂ ਮਾਤਾ ਦਾ ਨਾਂ ਰਹਿ ਲੈਦੀ ਹਾਂ ਦੱਸ ਤੈਨੂੰ ਕੀ ਤਕਲੀਫ ਹੈ ਲੈ ਲਿਆ ਕਰ ਆਂਦਾ ਅਜੇ ਆ ਬਸ ਲੈ 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 ਦੱਸ ਤੂੰ ਤੂੰ ਦੱਸ ਤੈਨੂੰ ਕੀ ਤਕਲੀਫ ਹੈ ਉਹ ਕਰ ਆਈ ਮੜਾ ਯਾਤਰੀ ਭਰਜਾਈ ਬੁਲਾਉਂਦੀ ਆ ਭਰਜਾਈ ਨੇ ਵੀ ਤੂੰ ਕੀ ਕਹਣਾ ਹੈ ਉਹ ਬਹਾਉਣਾ ਕੁਛ ਨਹੀਂ ਬਹਾਣ ਤਾਂ ਬਾਤ ਆ ਪਤਾ ਨਹੀਂ ਕੀ ਕਰਾਉਣਾ ਆ ਜਾ ਚੱਲ ਠੀਕ ਹੈ ਚੱਲਦੇ ਆ ਵਿੱਚ ਚੱਲਦੇ ਆ ਚੱਲ ਠੀਕ ਹੈ ਪਤਾ ਨੀ ਜੱਤ ਨੇ ਕੀ ਕੰਮ ਕਰ ਲੈਣਾ ਮੇਰੇ ਤੋਂ ਬਣੀ ਤੂੰ ਹੈ ਪਤਾ ਨੀ ਕੀ ਕਰਨਗੇ ਸ਼ੀਲਾ ਓ ਸ਼ੀਲਾ ਉਹ ਪਤੀਲੇ ਤੋਂ ਕੀ ਕਰਾਉਣਾ ਸੇਠ ਤੂੰ ਆ ਜਾ ਓ ਪਤੀਲਾ ਨੀ ਮੇਰੇ ਬਾਬ ਸ਼ੀਲਾ ਸ਼ੀਲਾ ਨੂੰ ਕਹਿਣਾ ਤੁਹਾਡੀ ਨਿਗਾਹ ਲਿਖੂਗੀ ਦੁਕਾਨ ਤੇ ਵੀ ਮੈਂ ਜਾ ਕੇ ਨਾ ਜੱਤ ਦੇ ਕੇ ਮੈਂ ਖੜ ਜਾ ਨਾ ਸ਼ੀਲਾ ਕੋਲੇ ਤਾਂ ਉਰੇ ਨਾ ਨਾ ਤੇਲਾ ਕੀ ਕਹਾਂ ਸ਼ੀਲਾ ਕੋਲੇ ਆਪਾਂ ਚੱਲ ਦੇ ਕੇ ਬੱਚਾ ਨਹੀਂ ਮਿਲਿਆ ਕੋਈ ਨੀ ਸ਼ੀਲਾ ਸ਼ੀਲਾ ਦੇਖ ਲਓ ਸਾਰਾ ਕੁਛ ਆ ਪਲੇ ਬੂਸ਼ਾ ਇਹਨਾਂ ਜੱਟਾਂ ਨੂੰ ਕੀ ਪਤਾ ਹੈ ਇਹਨਾਂ ਨੂੰ ਕੀ ਅਕਲ ਉਕਲ ਹੈ ਹੈਂ ਵੀ ਤੀਵੇਂ ਕਿਵੇਂ ਖੁਸ਼ ਰੱਖੀ ਹੁੰਦੇ ਨੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਮੇਰਾ ਪ੍ਰਭੂ ਤਾਂ ਚੰਦ ਦਾ ਟੁਕੜਾ ਚੰਦ ਦਾ ਟੁਕੜਾ ਹੈਂ ਬਹੁਤ ਦਿਮਾਗੀ ਬੰਦਾ ਬਹੁਤ ਦਿਮਾਗੀ ਬੰਦਾ ਕੀ ਬੱਕਲੀਆਂ ਚੱਪੀ ਜਾਂਦਾ ਉਹ ਮੈਂ ਕੀ ਬੱਕਲੀਆਂ ਚੱਪਦਾ ਮੇਰੇ ਦਰਸ਼ਾਂ ਮੈਂ ਤਾਂ ਸ਼ੀਲਾ ਬਾਰੇ ਸੋਚਦਾ ਦੀ ਸ਼ੀਲਾ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੇਰਾ ਪ੍ਰਭੂ ਇੰਨਾ ਜਿਹੜਾ ਬਹੁਤ ਸੋਹਣਾ ਸੁਨੱਖਾ ਤੇ ਬਹੁਤ ਦਿਮਾਗੀ ਬੰਦਾ ਹੈ ਬਹੁਤ ਦਿਮਾਗੀ ਹਾਂ ਉਹ ਲਾਗੀ ਨੀ ਓਏ ਲਾਗੀ ਨੀ ਦਿਮਾਗੀ ਓਏ ਕਿੱਥੇ ਕੰਜਰ ਮੇਰੇ ਪੱਲੇ ਬਹੁਤਾ ਮੇਜਰ ਸਿੰਘ ਕਾਸੀ ਦਾ ਧੇਲਾ ਨੀ ਉਹ ਮੇਰਾ ਦਿਮਾਗ ਆ ਗਿਆ ਓਏ ਮੈਨੂੰ ਪਾਗਲ ਕਰੂ ਓਏ ਕਿੱਥੇ ਚੱਲੀਏ ਜਾ ਤੂੰ ਪੱਗ ਜਾ ਮੈਂ ਤਾਂ ਆਪੇ ਆ ਜਾਊਂਗਾ ਤੂੰ ਤਾਂ ਮੇਰਾ ਦਿਮਾਗ ਆ ਗਿਆ ਮੈਨੂੰ ਕੁਛ ਨੀ ਸੁਣਦਾ ਪਤਾ ਨੀ ਕਿੱਥੇ ਪੱਲੇ ਪਾਇਆ ਕਿਵੇਂ ਕੱਟਦੀ ਸਾਡੀ ਭਰਜਾਈ ਇਹਦੇ ਨਾਲ ਲੱਗਦਾ ਪ੍ਰਭੂਸ਼ਾ ਭਰਜਾਈ ਤੇਰੇ ਤੇ ਮਿਹਰਬਾਨ ਹੋ ਗਈ ਇਹਦੇ ਨਾਲ ਪਤਾ ਨੀ ਕਿਵੇਂ ਕੱਟਦੀ ਚੜਦੀ ਨਹੀਂ ਤਾਂ ਬਹੁਤ ਬੁਰਾ ਹਾਲ ਆ ਬਗ ਚੱਲ ਤੂੰ ਤੁਰ ਆਉਣਾ ਚੱਲ ਤਰ ਕਿਤੇ ਧੁੱਪ ਨੇ ਬੁਰਾ ਹਾਲ ਕਰਤਾ ਉੱਤੋਂ ਇਹ ਜੱਟ ਨੇ ਮੇਰਾ ਕਾਮਲੇ ਨੇ ਬੁਰਾ ਹਾਲ ਕਰਤਾ ਹਾਏ ਹਾਏ ਪ੍ਰਭੂਸ਼ਾ ਤੇਰੀ ਮਾਂ ਦਾ ਚੰਦ ਚੁਗੜਾ ਚ ਬਹੁਤ ਬੁਰਾ ਹਾਲ ਹੋ ਗਿਆ ਰਾਮ 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 ਲਿਆਂਦਾ ਆ ਦੇਖਾ ਲੈ ਲੈ ਮਜੀ ਜੀ ਲੈ ਲੈ ਜੀ ਹੁਣ ਮੈਂ ਇਹਨੂੰ ਤਰ ਲਾਂ ਕਰ ਲਾਂ ਹੈ ਮੇਰੇ ਸੜ ਦੀ ਵੀ ਪਕਾਈ ਮਰੀ ਜਾਂਦੀ ਹੈ ਮੇਰੇ ਜਿਉਂਦੇ ਜੀ ਇਹਨੂੰ ਕਿਉਂ ਕਰੇਗੀ ਮੌਲੇ ਜੀ ਇਹਨੂੰ ਤੋਂ ਪਹਿਲਾਂ ਤਾਂ ਕਹਿੰਦੇ ਨਾਲ ਲੈ ਕੇ ਹੁਣ ਇਹਨੂੰ ਕਰਨ ਨੂੰ ਫਿਰਦੀ ਹੈ ਪਹਿਲਾਂ ਇਹਦੇ ਕਿਹੜੀਆਂ ਕਰਦੀ ਹੈ ਬੇ ਮੈਂ ਕਰਨ ਨੂੰ ਨਹੀਂ ਕਿਹਾ ਮੈਂ ਤੈਨੂੰ ਨਾਲੇ ਇਹਨੂੰ ਲਿਆਉਣ ਨੂੰ ਨਹੀਂ ਕਿਹਾ ਸੀ ਮੈਂ ਤਾਂ ਦਾਲ ਮੰਗਾਈ ਸੀ ਦਾਲ ਹੈ ਦਾਲ ਮੰਗਾਈ ਸੀ
ਨਾਲ ਤਾਂ ਆਪਣੇ ਪਈ ਆ ਉੱਥੇ, ਮੈਂ ਲਿਆਉਣਾ ਚੱਕ ਕੇ। ਕੀ ਬੋਲੂ ਇਸ ਬੰਦੇ ਦਾ, ਕੋਈ ਹਾਲ ਨਹੀਂ। ਭਰਜਾਈ ਕੁਛ ਨਾ, ਤੂੰ ਕਿਵੇਂ ਠੀਕ ਠਾਕ ਲੈਣੀ ਹੈ? ਲਾਲਾ ਜੀ ਮੈਂ ਤਾਂ ਠੀਕ ਠਾਕ ਹੈ, ਤੂੰ ਦੱਸ ਕਿਵੇਂ ਆ ਗਿਆ ਨਾਲ? ਨਾ ਤੇਰਾ ਦਿਮਾਗ ਦੂਗ ਹੈ ਨੀਗਾ, ਦੁਕਾਨ ਬੰਦ ਕਰਕੇ ਅਸੀਂ ਇੱਧਰ ਨੂੰ ਮੂੰਹ ਚੱਕ ਕੇ ਤੁਰੇ ਆਏ ਆ। ਦੁਕਾਨਾਂ ਤੇ ਕੰਮ ਤਾਂ ਚੱਲਦੇ ਰਹਿੰਦੇ ਹੁੰਦੇ ਨੇ, ਜਦੋਂ ਮੈਨੂੰ ਬਾਈ ਨੇ ਕਿਹਾ ਨਾ ਵੀ ਨਾ ਚੱਲ ਭਰਜਾਈ ਨੇ ਬੁਲਾਇਆ ਵੀ ਕੰਮ ਲੈਣਾ, ਮੈਂ ਕਿਹਾ ਮੈਂ ਚੱਲ ਭਰਜਾਈ ਦੇ ਦਰਸ਼ਨ ਕਰੇ ਆਵਾਂਗੇ, ਮੈਂ ਫਿਰ ਪੁੱਛਾਂਗੇ ਵੀ ਕਿਨ ਫਰੀ ਜੀ। ਕੀ ਪਤਾ ਮੈਨੂੰ, ਫਿਰ ਮੈਂ ਚੱਲ ਪੁੱਛਾਂਗੇ ਵੀ ਭਰਜਾਈ ਨੂੰ ਜੇ ਆਪਾਂ ਥੋੜ੍ਹੀ ਜਿਹੀ ਵਧੀਆ ਲੱਗੇ ਹੋਈਏ। ਮੇਰੀ ਗੱਲ ਸੁਣ ਨਾ ਲਾਲਾ, ਤੈਨੂੰ ਮੇਰੇ ਬੰਦੇ ਨੇ ਤਾਂ ਕੁਛ ਨਹੀਂ ਕਿਹਾ, ਹੁਣ ਜਾਣੇ ਗਾਟਾ ਵਾ ਤੂੰ ਗਾਟਾ, ਸੁਣ ਕੇ ਤੈਨੂੰ ਐਵੇਂ ਨਾ ਜਾਣੀ, ਜੱਟਾਂ ਦੀ ਕੁੜੀ ਆ ਜੱਟਾਂ ਦੀ, ਆੜ ਕੇ ਬਚਾਲੋ ਦੋ ਕਰ ਦੂੰ ਮਰਨਾ ਨਾ ਸੰਤ ਖੜ ਜਾ। ਤੈਨੂੰ ਮੇਰੇ ਬੰਦੇ ਨੇ ਕੀ ਕਹਿਤਾ ਵੀ ਕਰ ਲਾ ਭਾਈ ਲੱਗਿਆ ਮੈਨੂੰ ਭਾਈ ਭਾਈ ਨਾ ਭਾਈ ਮਾਰਦਾ ਮਾਰ 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 ਇੱਕ ਤਾਂ ਮੇਰਾ ਬੰਦਾ ਉਹ ਜਾਏ ਸੁਣਦਾ ਨਹੀਂ, ਹੈ ਰੋਣਾ ਹਰੇਕ ਕੋਈ ਫਾਇਦਾ ਚੱਕਣ ਨੂੰ ਫਿਰਦਾ। ਇਹ ਤਾਂ ਮੰਗਾਈ ਆ ਦਾਲ, ਰੋਣਾ ਹੁਣ ਨਾਲ ਲੈਣ ਤੁਰ ਪਿਆ। ਹਾਏ ਕੀ ਕਰਾਂ ਮੈਂ, ਤਪੀ ਪਈ ਹਾਂ। ਅਜੇ ਜੀ ਫਿਰ ਮੈਂ ਹੁਣ ਚੱਲੇ ਵੇਲੋਂ ਨਹੀਂ ਸਮਝਿਆ। ਮਰ ਜਾਣਾ ਢਹਿ ਜਾਣਾ ਉੱਥੇ ਹੋਣਾ, ਹੈ ਟੁੱਟ ਪੈਣੇ ਨੂੰ ਨਾ ਸ਼ਰਮ ਨੀ ਹੈਗੀ, ਲੋਕਾਂ ਦੀਆਂ ਤੀਵੀਆਂ ਤੱਕ ਛੇੜਦਾ। ਹਾਏ ਮਰਨਾ ਨੀ ਕਰਦਾ, ਲੈ ਫੜਨੀ ਉਹਦਾ ਘਰੇ ਪਈ ਸੀ ਮੇਰੇ ਸਾਲੇ ਦੀ ਉਮੀਦ ਭੁਕਾਈ ਮਰੀ ਜਾਂਦੀ ਹੈ, ਨਾਲੇ ਤਾਂ ਆਪੇ ਮੰਗਦੀ ਸੀਗੀ। ਇਹ ਬੰਦਾ ਮੈਨੂੰ ਪਾਗਲਖਾਨੇ ਭੇਜ ਕੇ ਹਟੂ, ਨਾਲੇ ਪਤਾ ਰੋਣਿਆ ਕਿਸੇ ਨੇ ਰੋਟੀ ਨੀ ਪੁੱਛਣੀ, ਰੋਟੀ ਤੈਨੂੰ ਛੁੱਟ ਪੈਣਾ ਨਾ ਹੋਵੇ ਤਾਂ। ਇੱਕ ਉਹ ਜਵਾਕ ਜਾ ਕਬੀ ਬਾਹਰ ਹੀ ਨਿਕਲਿਆ ਰਹਿੰਦਾ ਸਾਰਾ ਦਿਨ, ਰੁੜਦਾ ਨੂੰ ਆਈ ਨੀ ਹੈਗਾ ਘਰੇ ਮਰ ਲਾ, ਭਰਜਾਈ ਦਾ ਬੜਾ ਬਹੁਤਾ ਹੱਥ ਵਟਾ ਦਾ, ਇਹ ਤਾਂ ਜੇ ਜਾ ਬੌਲਾ ਹੈਗਾ ਹੈਗਾ ਵੀ ਤੂੰ ਹੀ ਆਖੇ ਲੱਗ ਜਾ। ਚੱਲ ਮਣਾ ਮੈਂ ਤਾਂ ਗੰਢੇ ਫੂਕ ਦਿੰਦੀ ਹਾਂ, ਇਕੱਲੀ ਇਹੀ ਧਰ ਦਿੰਦੀ ਹਾਂ। ਇਹ ਮੇਰੇ ਸਾਲੇ ਦੀ ਬੌਲੀ ਜਨਾਨੀ ਮੈਨੂੰ ਬੌਲਾ ਕਰੂਗੀ, ਕਿੱਥੋਂ ਸਿੱਧਰੀ ਮੇਰੇ ਮੱਥੇ ਮਾਰੀ ਹੈ। ਆਹ ਸੇਠ ਮੈਂ ਨਹੀਂ ਮਿਲ ਕੇ ਗਿਆ, ਸੇਠ ਕਿੱਧਰ ਲੰਘ ਗਿਆ, ਪਤਾ ਨਹੀਂ ਲੱਗਿਆ ਕਦੋਂ ਲੰਘ ਗਿਆ ਸਰ। ਆਹ ਤਾਂ ਸਾਹਮਣਾ ਹੋਣਾ ਲਾਲਾ, ਕਿਵੇਂ ਲਿਬੜੇ ਜਾ ਫਿਰਦਾ, ਲਾਲ ਜਾ ਹੋਇਆ ਫਿਰਦਾ। ਕਾਹਨੂੰ ਮੱਲਾ, ਉਹ ਤਾਂ ਸਕੂਟਰ ਦੇ ਸਮਾਨ ਜਿਹਾ ਲੱਦਿਆ ਹੋਇਆ ਸੀਗਾ, ਉਹ ਤੁਹਾਡਾ ਪਤਾ ਜਾ, ਉਹ ਸਕੂਟਰ ਲੱਕੀ ਗਿਰ ਗਿਆ, ਤੈਨੂੰ ਪਤਾ ਮੀਂਹ ਪੈ ਕੇ ਹਟਿਆ। ਹਾਂ ਹਾਂ ਲੱਗਦਾ ਮੇਰਾ ਖਿਆਲ ਕੁੱਟ ਕੇ ਆਇਆ। ਸੇਠ ਤੇਰਾ ਪਤੀ ਨੀ ਲੱਗਿਆ ਕਦੋਂ ਲੰਘਿਆ, ਤੂੰ ਚਾਹ ਪਾਣੀ ਵੀ ਨੀ ਪੀ ਕੇ ਆਇਆ ਯਾਰ। ਨਾ ਨਾ ਮੇਜਰਾ, ਤੂੰ ਚਾਹ ਪਾਣੀ ਦੀ ਗੱਲ ਕਰਦਾ, ਮੈਨੂੰ ਤਾਂ ਭਰਜਾਈ ਨੇ ਪਿਆ ਵਧੀਆ ਜੂਸ, ਮੈਂ ਤਾਂ ਪੂਰਾ ਰੱਜ ਕੇ ਆਇਆ। ਜੂਸ? ਹਾਂ ਜੂਸ, ਪੂਰੀ ਵਧੀਆ ਸੇਵਾ ਕੀਤੀ ਹੈ ਭਰਜਾਈ ਨੇ ਮੇਰੀ। ਹਾਂ ਸਾਨੂੰ ਤਾਂ ਪਾਣੀ ਵੀ ਨੀ ਪੁੱਛਦਿਆਂ, ਤੈਨੂੰ ਜੂਸ ਪਿਆਦਾ ਹੈ। ਮੈਨੂੰ ਪਤਾ ਮੇਜਰਾ, ਜਿਹੜੀ ਉਹਨੇ ਮੇਰੀ ਸੇਵਾ ਕੀਤੀ ਹੈ, ਜੂਸ ਤਾਂ ਕੀ ਪਿਆ।
ਮੈਂ ਜਾਣਦਾ ਹੁਣ ਤੁਸੀਂ ਤਾਂ ਜਾ ਕੇ ਲੜੇ ਦੋ ਕਰੇ ਪਤਾ ਲੱਗੇ ਬਹੁਤ ਸੇਵਾ ਕਰਦੇ ਭਜਾਈ ਹੋਰ ਕੁਛ ਹੋ ਗਿਆ ਜਿੱਦਾਂ ਅੱਜ ਦੇਖਦਾ ਕੀ ਬਣਦਾ ਮੇਜਰ ਤੇਰੇ ਵੀ ਚੱਲ ਰੋਜ਼ ਤਾਂ ਹਲੇ ਬੱਦਰ ਹੀ ਨਿਕਲ ਕਿੱਧਰੋਂ ਆ ਰਿਹਾ ਜੋਤੀ ਇਹ ਨਜ਼ਾਰੇ ਲੈ ਰੋਜ਼ ਇਹ ਬੱਦਰ ਹੀ ਨਿਕਲ ਜਾਂਦੀ ਆ ਵਿਆਹ ਨਹੀਂ ਹੋਇਆ ਨਾ ਲੱਗਦਾ ਤਾਂ ਹੀ ਪੁੱਤ ਨਜ਼ਾਰੇ ਲੈ ਰਹੇ ਅੱਜ ਇਹਨੂੰ ਚੱਕ ਦੇ ਓਏ ਆਇਆ ਜੋਤੀ ਬਹਿ ਜਾ ਕਮੇ ਅਕਲਦੀ ਆਇਆ ਬਹਿ ਜਾ ਕੰਮ ਦੀਆਂ ਗੱਲਾਂ ਸੁਣ ਲਿਆ ਕਰ ਚਾਰ ਸਾਰਾ ਤਾਂ ਨਹੀਂ ਤੁਰਿਆ ਰਹਿਣਾ ਉਹ ਪੁੱਛਣਾ ਬਈ ਹੋਰ ਸੁਣਾ ਵਿਆਹ ਵੂ ਕਰਾਇਆ ਨਹੀਂ ਫਿਰ ਤੂੰ ਅਜੇ ਕਿੱਥੇ ਮੈਂ ਕਿੱਥੇ ਕਰਾ ਲਿਆ ਵਿਆਹ ਤੇਰਾ ਘਰ ਦੇ ਕਿਤੇ ਹੋਣ ਦਿੰਦੇ ਵਿਆਹ ਪਤੰਦਰਾ ਮੈਨੂੰ ਤਾਂ ਕੋਈ ਨਾ ਕੋਈ ਕਹਿ ਦਿੰਦਾ ਵਿਆਹ 'ਚ ਫਾਇਦਾ ਹੀ ਨਹੀਂ ਕੋਈ ਫਾਇਦਾ ਨਹੀਂ ਤੈਨੂੰ ਬੜਾ ਪਤਾ ਕੌਣ ਕਹਿੰਦਾ ਉਹ ਆਪ ਕੋਈ ਕਦੇ ਗੋਗੀ ਵਰਗਾ ਕੋਈ ਜੱਸੀ ਵਰਗਾ ਪਕਾਈ ਮਰੀ ਜਾਂਦਾ ਰਹਿੰਦਾ ਉਹ ਸੁੱਖੀ ਦੇਖ ਲੈ ਸੁੱਖੀ ਨਜ਼ਾਰੇ ਲੈਂਦਾ ਜਿੱਦੇ ਦਾ ਵਿਆਹ ਹੋਇਆ ਉਹ ਵੀ ਤੇਰੇ ਵਾਂਗੂ ਹੀ ਤੁਰਿਆ ਫਿਰਦਾ ਹੁੰਦਾ ਸੀਗਾ ਅੱਛਾ ਜੀ ਤੇ ਕੰਜਦੇ ਵਿਆਹ ਵਰਗੀ ਤਾਂ ਰੀਸ ਨਹੀਂ ਰੀਸ ਅੱਛਾ ਬਾਈ ਤੂੰ ਮੈਨੂੰ ਸਮਾਰ ਕੇ ਗੱਲ ਦੱਸ ਮੇਰੀ ਗੱਲ ਸੁਣ ਨਾ ਤਾਂ ਕੱਪੜਾ ਲੀੜਾ ਧੋਣਾ ਹਾਂ ਨਾਲੇ ਰੋਟੀਆਂ ਪੱਕੀਆਂ ਪਕਾਈਆਂ ਮੇਰੇ ਕਹਿੰਦੀ ਦੇਖ ਲੈ ਗਰਮ ਗਰਮ ਰੋਟੀਆਂ ਆਉਂਦੀ ਨੇ ਮੈਂ ਕਹਿੰਦਾ ਇੱਕ ਥਾਲ 'ਚ ਇੱਕ ਰੋਟੀ ਆਉਂਦੀ ਹੈ ਜਿੰਨਾ ਚਿਰ ਰੋਟੀ ਖਾਂਦਾ ਨੀ ਦੂਜੀ ਰੋਟੀ ਨਹੀਂ ਆਉਂਦੀ ਹੈਗੀ ਮੇਰੇ ਲਈ ਭਰਜਾਈ ਤਾਂ ਚਾਰ ਮਾਰਦੇ ਆ ਮੱਥੇ ਮੇਰੇ ਉਹ ਬੰਦੇ ਆਪਦੇ ਦਮ ਹੋਣਾ ਚਾਹੀਦਾ ਰੋਟੀਆਂ ਖਾਣ ਵਾਲਾ ਹੋਣਾ ਚਾਹੀਦਾ ਅੱਛਾ ਜੀ ਉਹ ਵਿਆਹ ਤੋਂ ਬਾਅਦ ਜਿੰਨੀ ਸੇਵਾ ਹੁੰਦੀ ਹੈ ਮੈਂ ਕਹਿੰਦਾ ਬੰਦੇ ਦੀ ਜ਼ਿੰਦਗੀ ਸੁਧਰ ਜਾਂਦੀ ਹੈ ਆਹ ਦੇਖ ਕੋਈ ਦਾਗ ਹੈਗੇ ਬਿਲਕੁਲ ਸਾਫ਼ ਸਾਫ਼ ਕੱਪੜੇ ਮੈਂ ਕਹਿੰਦਾ ਪ੍ਰੈਸ ਵੀ ਕਰੇ ਹੋਏ ਨੇ ਮੈਂ ਕਹਿੰਦਾ ਐਂ ਲੱਗੇ ਪਏ ਹੁੰਦੇ ਨੇ ਜਾਂਦਿਆਂ ਨੂੰ ਐਂ ਸੁੱਟ ਦਿੰਦੇ ਨੇ ਬਾਥਰੂਮ 'ਚ ਚੱਕ ਫੜ ਉਹ ਇੱਕ ਬਸ ਮੈਨੂੰ ਤਾਂ ਨਹਾਉਣਾ ਨਹਾਉਣਾ ਪੈਂਦਾ ਨਹੀਂ ਕੱਪੜਾ ਲੀੜਾ ਸਾਰਾ ਕੁਛ ਧੋਤਾ ਧੋਇਆ ਮਿਲਦਾ ਤੁਹਾਡੇ ਤਾਂ ਮੇਰਾ ਵਿਆਹ ਹੀ ਨਹੀਂ ਕਰਦੇ ਹੈਗੇ ਤੂੰ ਘਰੇ ਗੱਲ ਤੋਰ ਮੈਂ ਕੀ ਨਹੀਂ ਕਰਦਾ ਤੂੰ ਸਿੱਧਾ ਕਹਿ ਮੈਂ ਜ਼ਮੀਨ ਆਉਂਦੀ ਹੈ ਤੈਨੂੰ ਹਾਂ ਜ਼ਮੀਨ ਆਉਂਦੀ ਹੈ ਉਹ ਇਹ ਘਰਦਿਆਂ ਦਾ ਇਹ ਹੁੰਦਾ ਵੀ ਇਹ ਵਿਹਲਾ ਰਹੇ ਨਾਲੇ ਭਰਜਾਈਆਂ ਕਿੱਥੇ ਰਿਸ਼ਤੇ ਹੋਣ ਦਿੰਦੇ ਨੇ ਦਿਓਰਾਂ ਨੂੰ ਇਹਦੇ ਨਾਲ ਇਹ ਹੁੰਦਾ ਸਾਰੀ ਜ਼ਮੀਨ ਅਸੀਂ ਸਾਂਭਲੇ ਪਏ ਜਾ ਕੇ ਗਲ ਦੇਰਾ ਗਲ ਚ ਗੂਠਾ ਨਾ ਵਿਆਹ ਕਰਨ ਇਹ ਤਾਂ ਤੇਰੀ ਗੱਲ ਨਜ਼ਾਰੇ ਲਏਗਾ ਬਾਈ ਯਾਦ ਕਰਿਆ ਕਿਸੇ ਨੇ ਤੈਨੂੰ ਗੱਲ ਦੱਸੀ ਦੀ ਵਿਆਹ ਵਰਗੀ ਰੀਸ ਨਹੀਂ ਯਾਰ ਹੁਣ ਦੇਖ ਟਾਈਮ ਟੇਬਲ ਹੈ ਹੁਣ ਨਾਲ ਦੀਆਂ ਰੋਟੀ ਤਿਆਰ ਮਿਲੂ ਉਦੋਂ ਬਾਅਦ ਚਾਹ ਫਿਰ ਸ਼ਾਮਾਂ ਨੂੰ ਪਹਿਲਾਂ ਫੋਨ ਕਰਕੇ ਪੁੱਛ ਲੈਂਦੇ ਨੇ ਵੀ ਦੱਸੋ ਕੀ ਖਾਓਗੇ ਕਾਹਦੀ ਸਬਜ਼ੀ ਬਣਾਓ ਨਹੀਂ ਤਾਂ ਫਿਰ ਤੂੰ ਚੱਪਲਾਂ ਠੀਕ ਕਰਦਾ ਫਰੀ ਆ ਗੱਲ ਕਰ ਘਰੇ ਜਾ ਕੇ ਮੈਂ ਅੱਜੇ ਗੱਲ ਕਰਦਾ ਫਿਰ ਤਾਂ ਤੂੰ ਗੱਲ ਕਰ ਇੱਕ ਵਾਰੀ ਐਂ ਵਿਆਹ ਕਰਕੇ ਨਹੀਂ ਖੁਸ਼ ਹੁੰਦੇ ਘਰਦੇ ਨੂੰ ਕਹਿਣਾ ਪੈਂਦਾ ਮੇਰਾ ਕਰਦੇ ਸੀਗੇ ਮੈਂ ਤਾਂ ਗੱਲ ਪੈ ਗਿਆ ਮੈਨੂੰ ਤਾਂ ਆਹੀ ਕਹੀ ਜਾਂਦੇ ਸੀ ਕਹਿੰਦੇ ਵਿਆਹ 'ਚ ਫਾਇਦਾ ਨਹੀਂ ਇਹ ਤਾਂ ਐਂ ਕਹਿੰਦੇ ਹੁੰਦੇ ਨੇ ਯਾਰ ਜਿਹਨੇ ਕਰਾਇਆ ਉਹਨਾਂ ਨੂੰ ਪੁੱਛਣਾ ਕੋਈ ਨਾ ਫਿਰ ਅੱਜੇ ਜਾ ਕੇ ਗੱਲ ਕਰਦਾ ਹੁਣੇ ਜਾਂਦਾ ਜਾ ਗੱਲ ਕਰ ਜਾ ਕੇ ਕੋਈ ਨਾ ਪੁੱਤ ਪਤਾ ਲੱਗੂ ਤੈਨੂੰ ਠੀਕ ਹੈ ਸਾਲੇ ਅਸੀਂ ਤਾਂ ਫਸੇ ਹੋਇਆ ਤੂੰ ਵੀ ਨਾ ਨਜ਼ਾਰਾ ਲਈ ਮੈਨੂੰ ਤਾਂ ਸਾਲੀ ਚਿਕ ਚੜ੍ਹਦੇ ਉਦੋਂ ਕੁਆਰੇ ਬੰਦੇ ਨੂੰ ਦੇਖਦਾ ਵੀ ਕਦੋਂ ਇਹਦਾ ਸਿਆਪਾ ਨਿਬੇੜਨ ਗਲ ਪਵੇ ਸਾਲੇ ਵੀ ਐਂ ਨੱਚਦੇ ਹੁੰਦੇ ਵਿਆਹਾਂ 'ਚ ਪਤਾ ਉਦੋਂ ਲੱਗੂ ਨਾ ਜਦੋਂ ਘਰ ਵਾਲੀ ਦੇ ਮੇਕਅਪ ਦਾ ਸਮਾਨ ਹੀ ਨਾ ਤੇਥੋਂ ਪੂਰਾ ਹੋਇਆ ਜਾ ਜਾ ਪੁੱਤ ਤੂੰ ਵੀ ਨਜ਼ਾਰੇ ਲੈ ਤੈਨੂੰ ਵੀ ਪਤਾ ਲੱਗੇ ਜੈ ਮਾਤਾ ਜੀ ਪਹਿਲਾਂ ਮੇਰੀ ਗੱਲ ਸੁਣ ਤੂੰ ਇੱਧਰ ਆ ਮੈਂ ਤਾਂ ਬਹੁਤ ਟਾਈਮ ਦਾ ਡਿੱਕੀ ਜਾਣਾ ਵੀ ਕੋਈ ਜਾਂਦਾ ਬੰਦਾ ਬਸ ਉਹ ਮੇਰੀ ਗੱਲ ਤਾਂ ਤੂੰ ਇੱਧਰ ਆ ਥੋੜ੍ਹਾ ਜਿਹਾ ਤੂੰ ਗੱਲ ਤਾਂ ਸੁਣ ਲੈ ਤੂੰ ਅਰੇ ਮੇਰੇ ਕੋਲ ਆ ਜਾ ਅਤੇ ਤੂੰ ਐਂ ਗੱਲ ਮੈਂ ਤਾਂ ਬਹੁਤ ਜ਼ਿਆਦਾ ਡਿੱਗਦਾ ਵੀ ਕੁਛ ਸਿਆਣਾ ਬੰਦਾ ਵੀ ਜਾਮ ਸਿਆਣਦਾ ਆਹ ਮੈਂ ਤੈਨੂੰ ਇੱਕ ਸਮਾਨ ਦਿੰਦਾ ਤੂੰ ਸਮਾਨ ਫੜਾ ਕੇ ਉਹ ਨਹੀਂ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਸਮਾਨ ਉਹ ਮੇਰੀ ਗੱਲ ਤਾਂ ਸੁਣ ਲੈ ਸਮਾਨ ਮੇਜਰ ਕੀ ਕਰੇ ਫੜਾਉਣਾ ਅੱਛਾ ਮੇਜਰ ਹਾਂ ਮੇਜਰ ਕੀ ਕਰੇ ਹਾਂ ਹਾਂ ਤੂੰ ਲੈ ਜਾ ਸਮਾਨ ਤੂੰ ਦੱਸਦੀ ਕਹਿੰਦੇ ਵੀ ਹੈ ਨਾ ਭਰਜਾਈ ਦੱਸਦੀ ਵੀ ਪ੍ਰਭੂ ਨੇ ਭੇਜਿਆ
ਮੇਰਾ ਨਾਂ ਲੈ ਦੀ ਜਾ ਕੇ ਵੀ ਪ੍ਰਭੂ ਨੇ ਭੇਜਿਆ ਆ ਲੈ ਚਮਾ ਲੈ ਮੇਜਰ ਕੇ ਸਮਾਨ ਦੇ ਮੈਨੂੰ ਪਤਾ ਜਿਹੜਾ ਸਮਾਨ ਹੁਣ ਸਮਾਨ ਸਮਝ ਲਾ ਤੈ ਨੀ ਭੇਜਿਆ ਸਮਾਨ ਤਾਂ ਇਹ ਮੇਰੇ ਵੱਲੋਂ ਹੀ ਹੈ ਠਰਕੀ ਇੱਕ ਨੰਬਰ ਦਾ ਸਾਲ ਕਾਬਰਾਂ 'ਚ ਲੱਤਾਂ ਹੋ ਰਹੀਆਂ ਨੇ ਕੀ ਗੱਲ ਭਰਜਾਈ ਪਿਆਰ ਤਾਂ ਕਰਦੀ ਹੈ ਪਰ ਮੇਜਰ ਤਾਂ ਡਰਦੀ ਹੈ ਚੱਲ ਜਦੋਂ ਅੱਜ ਦਾਲ ਧਰੂਗੀ ਕੁਛ ਨਾ ਕੁਛ ਤਾਂ ਮਨ 'ਚ ਦਿਆ ਹੋਊਗੀ ਤਾਂ ਦੇਖਦੇ ਹਾਂ ਕੀ ਕਰਦੇ ਹਾਂ ਦੇਖਾਂਗੇ ਫਿਰ ਫੋਨ ਨੰਬਰ ਤਾਂ ਮੇਜਰ ਦੇ ਕੋਲ ਹੈਗਾ ਡੇਟ 'ਤੇ ਲਿਖਿਆ ਹੁੰਦਾ ਫੋਨ ਕਰੂਗੀ ਦੇਖਾਂਗੇ ਦੇਵੀ ਹੁਣ ਬਣ ਗਈ ਗੱਲ ਮਿੱਤਰਾ ਚੱਲ ਵੀ ਮੇਜਰ ਜੀ ਹੁਣ ਦੇਖਦੇ ਕੀ ਬਣਦਾ ਤੇਰਾ ਪਹਿਲਾਂ ਪੁੱਛਿਆ ਹੁਣ ਆਉਣਗੇ ਨਹੀਂ ਯਾਰ ਜ਼ਿੰਦਗੀ ਦੇ ਅੱਜ ਨਹੀਂ ਛੱਡਦਾ ਹੈਗਾ ਅੱਜ ਤਾਂ ਗੱਲ ਕਰਕੇ ਰਹੂੰਗਾ ਰੋਜ਼ ਰੋਜ਼ ਦਾ ਸਿਆਪਾ ਹੋ ਰਿਹਾ ਤੂੰ ਕਿੱਧਰ ਫਿਰਦਾ ਵਾ ਰੋਜ਼ ਰੋਜ਼ ਇੱਥੇ ਆਇਆ ਨਾ ਜਵਾਬ ਹੈ ਅੱਜ ਤਾਂ ਸਿਆਪਾ ਨਿਬੇੜੂ ਅੜਦਾ ਨਹੀਂ ਆ ਮੇਰੀਆਂ ਮੈਸਾਂ ਵੰਡ ਦੋ ਆਹ ਚਾਰ ਖੜੀਆਂ ਨੇ ਦੋ ਸੋਡੀਆਂ ਦੋ ਮੇਰੀਆਂ ਆਪਦੇ ਕਮਰੇ ਵੰਡ ਦੋ ਦੋ ਅੱਡੋ ਅੱਡ ਹੋ ਜਾਓ ਮੇਰੇ ਨਾਲੋਂ ਕਿੱਦਾਂ ਦਾ ਦੇਖ ਲਾ ਮੈਂ ਤੁਹਾਡੇ ਕਿਣੀ ਠੀਕ ਆ ਤੂੰ ਠੀਕ ਆ ਹੋਰ ਤੈਨੂੰ ਦੱਸ ਮੈਨੂੰ ਕੀ ਹੋਇਆ ਨਾ ਭੂਸਰੇ ਸਾਹ ਨੂੰ ਗੁਫਕਾਰੇ ਮਾਰਦਾ ਉਹਨੇ ਮਾਰੂੰਗਾ ਨੀ ਹੋਇਆ ਕੀ ਹੈ ਗੱਲ ਦੱਸ ਮੈਨੂੰ ਕੀ ਬਿਆਨ ਨਹੀਂ ਕਰਦੇ ਹੈਗੇ ਮੇਰਾ ਖਾ ਕੇ ਕੀ ਆਏ ਬੇ ਬਾਹਰੋਂ ਨਾ ਬਿਆਨ ਨਹੀਂ ਕਰਦੇ ਹੈਗੇ ਮੇਰਾ ਤੁਸੀਂ ਬਿਆਨ ਨੂੰ ਤੇਰੀ ਉਮਰ ਕੀ ਹੈ ਜੇ ਕਿਉਂ ਉਮਰ ਕਿਉਂ ਨਹੀਂ ਹੋਈ ਹੈਗੀ ਮੇਰੀ ਕਮਾਲ ਹੋ ਗਈ ਜੰਮ ਮੁੱਕਿਆ ਨਹੀਂ ਜੈ ਬੇਟੇ ਤਾਂ ਪੋਤੜਿਆਂ ਚੋਂ ਇਤਰੇ ਗੂੰ ਨਹੀਂ ਨਿਕਲਿਆ ਹੈ ਤੇ ਤੂੰ ਕਹਿੰਦਾ ਵਿਆਹ ਕਰ ਦਿਓ ਵਿਆਹ ਕਰ ਦਿਓ ਮੈਨੂੰ ਅੱਜ ਪਤਾ ਲੱਗਿਆ ਵਿਆਹ 'ਚ ਕਹਿੰਦੇ ਬਹੁਤ ਵਧੀਆ ਵਿਆਹ ਹੁੰਦਾ ਤੂੰ ਹਜੇ ਇੰਨੇ ਜੋਗਾ ਨਹੀਂ ਨਾ ਹੁਣ ਜੋਗਾ ਕਹਾਉਣਾ ਜੋਗਾ ਕੀ ਟਿੱਕ ਲੱਗਦਾ ਵਿਆਹ ਤਾਂ ਮੈਂ ਕਰਾਉਣਾ ਬੇ ਮੈਂ ਤਾਂ ਐ ਕਹਿਨੀ ਐ ਵੀ ਹਜੇ ਤੇਰੀ ਉਮਰ ਨਹੀਂ ਹੈਗੀ ਤੂੰ ਕਿਵੇਂ ਸੰਭੇਂਗਾ ਉਹਨੂੰ ਕੋ ਸੰਭ ਨੂੰ ਕੀ ਹੋ ਮੈਸ ਐ ਵੀ ਮੋਕ ਕਰਦੀ ਆ ਵੀ ਪਿੱਛੇ ਹਟਾਉਣੀ ਪਿਆ ਕਰੂ ਮੈਂ ਆਪੇ ਸੰਭ ਲੂੰਗਾ ਉਹ ਮੂਰੇ ਮੂਰੇ ਜਾਇਆ ਕਰੂਗੀ ਮੈਂ ਮੂਰੇ ਮੂਰੇ ਜਾਇਆ ਕਰੂ ਉਹ ਮਗਰ ਮਗਰ ਹੋ ਜਾਇਆ ਕਰੂਗੀ ਇਹਦੇ 'ਚ ਕੀ ਆ ਵਿਆਹ ਕਰਾਉਣਾ ਬੇਟੀ ਮੋਟੀ ਮੱਤ ਵਾਲਿਆ ਮੋਟੀ ਮੱਤ ਵਾਲਿਆ ਨਹੀਂ ਤੀਵੀਆਂ ਸਾਂਭੀਆਂ ਜਾਂਦੀਆਂ ਹੁੰਦੀਆਂ ਜੇ ਨਾਲੇ ਤੇਰੀ ਘਰਵਾਲੀ ਨੂੰ ਕੱਲੂ ਕਿਸੇ ਨੇ ਕੁਛ ਕਹਿਤਾ ਫੇਰ ਕਿਵੇਂ ਉਹ ਕਰੇਗਾ ਐ ਕਿਵੇਂ ਕਹਿ ਦੂ ਕੋਈ ਕੁਛ ਕਹਿ ਕੇ ਤਾਂ ਦਿਖਾਵੇ ਤੂੰ ਕਹਿ ਕੇ ਦਿਖਾਈ ਕੁਛ ਮੈਂ ਤਾਂ ਭਾਈ ਕਿਹਾ ਕਰੂੰ ਮੈਂ ਤਾਂ ਗੁੱਤਨੀ ਤੋਂ ਫੜੂੰਗੀ ਐ ਕਿਵੇਂ ਕਹੇਂਗੀ ਤੂੰ ਕਹਿ ਕੇ ਦਿਖਾ ਲੈ ਕਮਾਲ ਹੋ ਗਈ ਮੈਂ ਤਾਂ ਕਹੂੰਗੀ ਤੂੰ ਹੁਣੇ ਕਹਿ ਕੇ ਦਿਖਾ ਦੱਸ ਸਮਝ ਲੈ ਮੈਂ ਖੜਾ ਹਾਂ ਲੈ ਐ ਕਿਵੇਂ ਜੇ ਉਹ ਕੰਮ ਨਹੀਂ ਕਰੂਗੀ ਮੈਂ ਤਾਂ ਉਹਨੂੰ ਛਿੱਤਰ ਵੀ ਮਾਰੂੰਗੀ ਉਹਦੇ ਹੱਥ ਵੀ ਲਾ ਦੀ ਲੈ ਮੈਂ ਤਾਂ ਨਾ ਆਉਂਗੀ ਤੂੰ ਸਾਲਾ ਲੜਦਾ ਸਮਝ ਕੇ ਰੱਖ ਬੇ ਚਾਈ ਚਾਣਿਆ ਤੂੰ ਸਕਾ ਕੇ ਕਿ ਨੇ ਤੇ ਜਮ ਮਰਨੇ ਆ ਮੈਨੂੰ ਦੱਸ ਮਿਲਦਾ ਹੋਰ ਵੀ ਆ ਬਲੇ ਯਾਰ ਨੂੰ ਜੱਫਾ ਜਾ ਮੇਰੇ ਤੂੰ ਸੱਚੀ ਗੱਲ ਆ ਤੂੰ ਛੱਡ ਪੈਂਦਾ ਅਗਰ ਖੰਨਾ ਸਾਡੇ ਵਾਲੀ ਲੱਗਦਾ ਤਾਂ ਤੂੰ ਸੱਚੀ ਗੱਲ ਆ ਤੂੰ ਛੱਡ ਪੈਂਦਾ ਮੈਂ ਕਿਉਂ ਛੱਡਾਂ ਐ ਕਿਵੇਂ ਛੱਡਾਂ ਮੈਂ ਬਾਸ ਛੱਡ ਦੇ ਕਿਉਂ ਛੱਡਾਂ ਮੈਂ ਰੋਣੇ ਮੈਨੂੰ ਦੱਸਣ ਸਿਖਾਇਆ ਕਿ ਨਹੀਂ ਤੂੰ ਫਿਰ ਮੇਰੇ ਘਰ ਵਾਲੀ ਨੂੰ ਕਿਵੇਂ ਕੁੱਟੇਗੀ ਮੈਂ ਨਹੀਂ ਕੁੱਟੂੰਗੀ ਨਹੀਂ ਮੇਰਾ ਸੱਚ ਪਹਿਲਾ ਹੱਕ ਆ ਐ ਕਿਵੇਂ ਕੁੱਟੇ ਉਹ ਬਾਈ ਓਏ ਉਹ ਛੜਾ ਦੇ ਉਹ ਬਾਈ ਛੜਾ ਦੇ ਓਏ ਉਹ ਬਾਈ ਮੈਂ ਕਿਉਂ ਛੜਾਵਾਂ ਕੀ ਹੋ ਗਿਆ ਖੜ ਜਾ ਓਏ ਸਾਡੇ ਜੁੰਡੇ ਜਾਣੋ ਤੁਸੀਂ ਜੁੰਡੇ
ਕਾ ਤੋਂ ਚੁੰਡੇ ਪੱਟੀਆਂ ਨੇ ਇੱਕ ਦੂਜੇ ਦੇ ਤੇਰੀ ਘਰ ਵਾਲੀ ਕਿੱਥੋਂ ਆ ਗਈ ਹੁਣ ਦੇਖ ਲੈ ਲੱਛਣ ਕੀ ਕਹਿੰਦਾ ਇਹ ਹਜੇ ਇਹ ਜੀ ਵਿਆਹ ਕਰਾਉਣ ਨੂੰ ਕਹਿੰਦਾ ਓਏ ਵਿਆਹ ਨਹੀਂ ਤੂੰ ਹਜੇ ਕੱਲ ਦਾ ਜਵਾਬ ਹੈ ਹਲੇ ਬਾਈ ਮੇਰੇ ਘਰ ਵਾਲੀ ਨੂੰ ਕੁੱਟਣ ਨੂੰ ਕਹਿੰਦੀ ਇਹ ਕਹਿੰਦੀ ਮੈਂ ਹੀ ਕੁੱਟਣ ਨੂੰ ਕਹਿਣਾ ਨਹੀਂ ਗੱਲ ਸੁਣ ਮੈਂ ਕਿਹਾ ਮੈਂ ਕਹਿੰਦੀ ਲੁੱਟੂਗੀ ਉਹ ਕੁੱਟੂਗੀ ਓਏ ਓਏ ਕੀ ਲੁੱਟੂਗੀ ਭਜਾਈ ਤੂੰ ਇੱਧਰ ਆ ਤੂੰ ਇੱਧਰ ਆ ਇੱਧਰ ਆ ਹਾਂ ਦੱਸ ਆ ਸਮਾਨ ਭੇਜਿਆ ਸਮਾਨ ਮੈਨੂੰ ਲੱਗਦਾ ਮੇਰੀ ਗੱਲ ਕਰਨ ਆਇਆ ਇਹ ਅੱਜ ਫਰਮਾਇਸ਼ ਪਾਉਣ ਆਇਆ ਕਿਹਨੇ ਭੇਜਿਆ ਪ੍ਰਭੂ ਬਾਣੀ ਨੇ ਭੇਜਿਆ ਪ੍ਰਭੂ ਬਾਣੀ ਨੇ ਕਹਿੰਦਾ ਜਦੋਂ ਭਰਜਾਈ ਇਕੱਲੀ ਹੋ ਉਦੋਂ ਫੜਾ ਕੇ ਆਈ ਹੁਣ ਮੈਨੂੰ ਕੀ ਪਤਾ ਮੈਂ ਤਾਂ ਦੁਕਾਨ ਤੇ ਗਿਆ ਮੈਨੂੰ ਫੜਾ ਤਾ ਮੈਂ ਚੱਲ ਦੇ ਆਉਣਾ ਆ ਦੇਖ ਲੈ ਕੀ ਹੈ ਚੁਣ ਮੈਨੂੰ ਕੀ ਪਤਾ ਹੁਣ ਨਾਲੇ ਬਹਿ ਨਾਲੇ ਭਰਜਾਈ ਗੱਲ ਸੁਣ ਕਾਹਨੂੰ ਬਾਣੀ ਦੇ ਚੱਕਰਾਂ ਚ ਪਈ ਹੋਈ ਆ ਤੂੰ ਮੈਨੂੰ ਪਹਿਲਾਂ ਗੱਲ ਸੁਣ ਮੇਰੀ ਬੈਠ ਕੇ ਬਹਿ ਕੇ ਗੱਲ ਸੁਣ ਤੂੰ ਬਹਿ ਜਾ ਮੈਂ ਤਾਂ ਇਹ ਕਹਿੰਦਾ ਸੀਗਾ ਕਿਹੜੇ ਬਾਣੀਆਂ ਦੇ ਚੱਕਰਾਂ 'ਚ ਪਈ ਹੋਈ ਆ ਤੂੰ ਮੈਂ ਕਿਹਾ ਸਾਨੂੰ ਵੀ ਕਦੇ ਸੇਵਾ ਦਾ ਮੌਕਾ ਦੇ ਦੇ ਨਾਲੇ ਸਾਨੂੰ ਅੱਧੀ ਰਾਤ ਫੋਨ ਕਰਦੇ ਅਸੀਂ ਤਾਂ ਭੱਜੇ ਆਉਂਦੇ ਹਾਂ ਹੋਰ ਕੁਛ ਬਸ ਅਸੀਂ ਕਹਿੰਦੇ ਫੋਨ ਕਰਦਿਆ ਕਰ ਕਿਹੜੇ ਬਾਣੀ ਦੇ ਚੱਕਰਾਂ 'ਚ ਪਈ ਆ ਤੂੰ ਮੈਨੂੰ ਐਂ ਲੱਗਦਾ ਮਤਲਬ ਕੰਮ ਵਧੂਗਾ ਸਿਖਾਉਣਾ ਪਊਗਾ ਮਰ ਜਾਣੀ ਲੈ ਜਾਣਾ ਜਿਹੜਾ ਕੋਈ ਆਉਂਦਾ ਟੁੱਟ ਪੈਣਾ ਇੱਥੇ ਠਰਕਬਾਜ਼ੀ ਕਰਨ ਲੱਗ ਜਾਂਦਾ ਨਾ ਇਹਨਾਂ ਤੇ ਕਰੇ ਧੀਆਂ ਭੈਣਾਂ ਨਹੀਂ ਹੈਗੀਆਂ ਮੈਨੂੰ ਲੱਗਦਾ ਨਾ ਮੇਰੇ ਬੰਦੇ ਨੂੰ ਘੱਟ ਸੁਣਦਾ ਕਰਕੇ ਆ ਜੇ ਕਿਤੇ ਇਹਨੂੰ ਪੂਰਾ ਸੁਣਦਾ ਹੋਵੇ ਥਰ ਥਰ ਕਿਹੜਾ ਨਾ ਕੰਬਣ ਕੋਈ ਨਾ ਹੁਣ ਤੂੰ ਚੜੀ ਸਾਡੀ ਦੇਲੀ ਮਰਨੇ ਨੂੰ ਮੈਂ ਤਾਂ ਸ਼ਰੀਫ ਸਮਝਦੀ ਸੀ ਚੌਰਾ ਇਹ ਵੀ ਉਹੇ ਜਿਹਾ ਹੀ ਹੈ ਇਹ ਨਾ ਬਾਣੀਆਂ ਛਿੱਤਰਾਂ ਬਣਾ ਨਹੀਂ ਬਾਜ ਆਉਂਦਾ ਇਹਦਾ ਤਾਂ ਮੈਂ ਪੁੱਛਦੀ ਹਾਂ ਗੋਤ ਯਾਰ ਤੂੰ ਮੈਨੂੰ ਚਾਰ ਚੀਜ਼ਾਂ ਦੇ ਕੇ ਪਟਾਉਣ ਦੀ ਕੋਸ਼ਿਸ਼ ਕਰਦਾ ਮਰ ਜਾਣਾ ਨਾ ਹੋਵੇ ਤਾਂ ਪੁੱਛ ਕੇ ਆਉਣੀ ਉਹਦਾ ਵੀ ਰੁੜ ਜਾਣੇ ਦਾ ਗੋਤ ਅੱਜ ਨਹੀਂ ਭੈਣ ਜੋ ਪ੍ਰਭੂ ਬਾਣੀ ਨੂੰ ਛੱਡਣਾ ਹੈਗਾ ਡੱਕਰੇ ਕਰਾਂਗੇ ਮੇਰੇ ਸੜੇ ਦੇ ਹੈ ਉਹ ਮਹਾਪ੍ਰਭੂ ਬਾਣੀ ਨੂੰ ਕੁੱਟ ਕੇ ਆਉਣੇ ਉਹਦੇ ਐਨ ਛੱਲੀ ਛੱਲੀ ਕਰ ਦਾਂਗੇ ਲੱਤ ਵੱਢਦੀ ਉਹਦੀ ਲੱਤ ਕੁੱਟਦਾ ਮੈਂ ਆਪੇ ਤੂੰ ਲੱਤ ਵੀ ਆਪੇ ਤੋੜ ਦੂੰ ਤੂੰ ਮੇਰਾ ਵਿਆਹ ਕਰਾ ਦੀ ਬਚ ਗਿਆ ਅੱਜ ਤਾਂ ਪਰ ਬਾਣੀ ਇਹਦਾ ਕੰਡਾ ਅੱਜ ਖੱਡਿਆ ਜਾਣਾ ਸਾਂਝ ਕੀ ਰੱਖਿਆ ਮੈਨੂੰ ਅੱਜ ਨਹੀਂ ਛੱਡਦੀ ਪ੍ਰਭੂ ਦੇ ਨਾ ਜੇ ਲੱਤ ਤੇ ਲੱਤ ਧਰ ਕੇ ਪਾੜ ਕੇ ਦੋਣਾ ਬਣਾਏ ਮੈਨੂੰ ਵੀ ਕੀ ਯਾਦ ਰੱਖ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਤੁਹਾਡੇ ਸਾਹਮਣੇ ਹੁਣੇ ਇੱਕ ਫਨੀ ਵੀਡੀਓ ਪੇਸ਼ ਕੀਤੀ ਆ ਸਾਨੂੰ ਉਮੀਦ ਆ ਵੀ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਅਤੇ ਮੈਂ ਤੁਹਾਡੇ ਨਾਲ ਇੱਕ ਮਤਲਬ ਬੇਨਤੀ ਵੀ ਆ ਅਤੇ ਹੱਕ ਜਿਤਾ ਕੇ ਵੀ ਕਹਿ ਰਹੀ ਹਾਂ ਵੀ ਪਲੀਜ਼ ਜਦੋਂ ਵੀ ਅਸੀਂ ਵੀਡੀਓ ਪਾਉਂਦੇ ਹਾਂ ਤਾਂ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਮਤਲਬ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਚੀਜ਼ ਮਾੜੀ ਲੱਗਦੀ ਆ ਜਾਂ ਤੁਹਾਨੂੰ ਕੋਈ ਬਹੁਤ ਵਧੀਆ ਲੱਗਦੀ ਆ ਤਾਂ ਜੋ ਅਸੀਂ ਉਸ ਚੀਜ਼ ਨੂੰ ਸੁਧਾਰ ਸਕੀਏ ਮਾੜੀ ਚੀਜ਼ ਨੂੰ ਰਿਮੂਵ ਕਰ ਸਕੀਏ ਅਤੇ ਚੰਗੀ ਨੂੰ ਲਿਆ ਸਕੀਏ ਸੋ ਤੁਹਾਡੀ ਮਤਲਬ ਲਾ ਲਓ ਕਿ ਤੁਹਾਡੇ ਸਾਥ ਬਿਨਾਂ ਅਸੀਂ ਕੁਛ ਵੀ ਨਹੀਂ ਹਾਂ ਸੋ ਦੋਸਤੋ ਵੀਡੀਓ ਨੂੰ ਰੱਜ ਕੇ ਪਿਆਰ ਦਿਆ ਕਰੋ ਦੋਸਤਾਂ ਨਾਲ ਸਾਂਝਾ ਕਰਿਆ ਕਰੋ ਤਾਂ ਜੋ ਅਸੀਂ ਮਤਲਬ ਆਪਦੀ ਮਿਹਨਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਅਤੇ ਅਸੀਂ ਵੀ ਅੰਦਰੋਂ ਖੁਸ਼ੀ ਮਨਾਈਏ ਨਾ ਬਾਕੀ ਬਾਈ ਜੀ ਤੁਸੀਂ ਬੋਲੋ ਸਤਿ ਸ਼੍ਰੀ ਅਕਾਲ ਜੀ
ਸੋ ਅਸੀਂ ਆਸ ਕਰਦੇ ਹਾਂ ਕਿ ਵੀਡੀਓ ਅਸੀਂ ਪੂਰਾ ਜ਼ੋਰ ਲਾ ਕੇ ਬਣਾਈ ਹੈ। ਸੋ ਵੀਡੀਓ ਬਣਾਉਣ ਸਮੇਂ ਅਸੀਂ ਇਹ ਚੀਜ਼ ਪਹਿਲਾਂ ਦੇਖਦੇ ਹੁੰਦੇ ਹਾਂ ਕਿ ਪਰਿਵਾਰ 'ਚ ਬਹਿ ਕੇ ਵੀਡੀਓ ਦੇਖੀ ਜਾਵੇ ਅਤੇ ਲੱਚਰਤਾ ਤੋਂ ਦੂਰ ਰਹਿ ਕੇ, ਕਿਉਂਕਿ ਬਹੁਤ ਸਾਰੇ ਐਕਟਰ ਦੇਖੇ ਨੇ ਪਹਿਲਾਂ ਲੱਚਰਤਾ ਫੈਲਾਉਂਦੇ ਨੇ, ਬਾਅਦ ਦੇ ਵਿੱਚ ਉਹ ਸਮਾਜ ਸੇਵਾ ਵੱਲ ਹੋ ਜਾਂਦੇ ਨੇ। ਅਸੀਂ ਇਹ ਪਹਿਲਾਂ ਸੋਚਦੇ ਹਾਂ ਕਿ ਪਰਿਵਾਰ 'ਚ ਬਹਿ ਕੇ ਵੀਡੀਓ ਦੇਖੀ ਜਾਵੇ ਤਾਂ ਕਿ ਸਾਡੀਆਂ ਧੀਆਂ ਭੈਣਾਂ ਸਾਰੀਆਂ, ਕਿਉਂਕਿ ਪੈਸਾ ਕੋਈ ਮੇਨ ਚੀਜ਼ ਨਹੀਂ ਹੁੰਦਾ। ਅਸੀਂ ਹਾਂ ਕੁਛ ਕੁ ਮਤਲਬ ਸ਼ਬਦ ਐਵੇਂ ਦੇ ਨੇ ਜੋ ਕਿ ਪਰ ਸੱਭਿਆਚਾਰਕ ਨੇ, ਅੱਜ ਤੋਂ ਪੁਰਾਣੇ ਟਾਈਮ ਦੇ ਵਿੱਚ ਵਰਤੇ ਜਾਂਦੇ ਸੀ, ਘਰ ਵਾਲੇ ਵਾਸਤੇ ਵੀ, ਦਿਓਰ ਵਾਸਤੇ, ਜੇਠ ਵਾਸਤੇ, ਕੁਛ ਕੁ ਸ਼ਬਦ, ਪਰ ਇੱਕ ਮਰਿਆਦਾ ਦੇ ਵਿੱਚ ਅਸੀਂ ਉਹਨਾਂ ਨੂੰ ਉਸੇ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਤੁਹਾਨੂੰ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਹੈ, ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ। ਮੈਂ ਹਰ ਵਾਰ ਬੇਨਤੀ ਕਰਦੀ ਹਾਂ ਕਿ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗੇ ਖਾਸ ਤੌਰ 'ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਜੇ ਤੁਸੀਂ ਪਿਆਰ ਨਹੀਂ ਦਿਓਗੇ, ਹੁੰਗਾਰਾ ਨਹੀਂ ਦਿਓਗੇ, ਤਾਂ ਅਸੀਂ ਫਿਰ ਗਾਹਾਂ ਪੈਰ ਕਿਵੇਂ ਪੱਟਾਂਗੇ? ਸੋ ਤੁਹਾਡੇ ਹੁੰਗਾਰੇ ਦੀ ਸਾਨੂੰ ਬਹੁਤ ਲੋੜ ਹੈ ਦੋਸਤੋ। ਕੀ ਹੈ ਸਾਡਾ ਚੈਨਲ 001 ਗੱਭਰੂ ਟੀਵੀ ਨੂੰ ਕਰੋ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ। ਤੇ ਇੱਕ ਚੀਜ਼ ਹੋਰ, ਸਾਡਾ ਇੱਕ ਚੈਨਲ ਨਹੀਂ, ਇੱਕ ਚੈਨਲ ਹੋਰ ਵੀ ਆ, ਔਜਲਾ ਸ਼ਾਰਟ ਫਿਲਮ ਮੂਵੀਜ਼ ਹੈ ਕਿ ਫਿਲਮ, ਔਜਲਾ ਸ਼ਾਰਟ ਮੂਵੀ, ਹਾਂ ਔਜਲਾ ਸ਼ਾਰਟ ਮੂਵੀ। ਸੋ ਪਲੀਜ਼ ਉਹਨੂੰ ਵੀ ਭਰਮਾ ਹੁੰਗਾਰਾ ਦਿਆ ਕਰੋ। ਉਹਦੇ 'ਤੇ ਵੀ ਅਸੀਂ ਸਾਰੀਆਂ ਵੀਡੀਓਜ਼, ਉਹਦੇ 'ਤੇ ਅਸੀਂ ਜ਼ਿਆਦਾਤਰ ਸੀਰੀਅਸ ਕੰਸੈਪਟ ਲੈ ਕੇ ਆਵਾਂਗੇ ਅਤੇ ਇਹਦੇ 'ਤੇ ਹੁਣ ਤੋਂ ਅਸੀਂ ਫਨੀ ਲੈ ਕੇ ਆਵਾਂਗੇ। ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਦੱਸੋ, ਅਸੀਂ ਉਵੇਂ ਕਰਾਂਗੇ। ਸੋ ਬਾਕੀ ਤੁਹਾਡੇ 'ਤੇ ਨਿਰਭਰ ਕਰਦਾ ਦੋਸਤੋ। ਮੈਸੇਜ ਜ਼ਰੂਰ ਕਰਿਓ, ਬੈਲਕਨ ਆਈ ਮਤਲਬ ਉਹਦਾ ਬੈਲ ਆਈਕਨ ਔਨ ਕਰ ਲਓ, ਸਬਸਕ੍ਰਾਈਬ ਕਰ ਲਓ, ਲਾਈਕ, ਕਮੈਂਟ, ਸ਼ੇਅਰ ਕਰਨਾ ਭੁੱਲਿਓ ਨਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਲਵ ਯੂ ਸਾਰਿਆਂ ਨੂੰ, ਆਲ ਦਾ ਬੈਸਟ।